ਦੁਆਬਾ ਖੇਤਰ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਪਾਰਟੀ ਮਹਾਸਚਿਵ ਅਤੇ ਦਲਿਤ ਲੀਡਰ ਕਬੀਰ ਦਾਸ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਹਨ। ਕਬੀਰ ਦਾਸ ਦੁਆਬਾ ਖੇਤਰ ਵਿੱਚ ਰਵਿਦਾਸੀਆਂ ਦੇ ਮੱਕਾ ਦੇ ਤੌਰ ਤੇ ਜਾਣੇ ਜਾਂਦੇ ਡੇਰਾ ਸੱਚਖੰਡ ਬੱਲਾ ਦੇ ਖਾਸ ਲੋਕਾਂ ਵਿੱਚ ਸ਼ਾਮਿਲ ਹਨ। ਸੂਬੇ ਵਿੱਚੋਂ 23 ਵਿਧਾਇਕ ਚੁਣ ਕੇ ਭੇਜਣ ਵਾਲੇ ਦੁਆਬਾ ਖੇਤਰ ਦੀਆਂ ਘੱਟ ਤੋਂ ਘੱਟ 19 ਸੀਟਾਂ ਤੇ ਡੇਰੇ ਦਾ ਸਿੱਧਾ ਅਸਰ ਹੈ। ਇਸ ਖੇਤਰ ਵਿੱਚ ਰਵਿਦਾਸ ਭਾਈਚਾਰੇ ਦਾ ਵੋਟ ਸ਼ੇਅਰ 20 ਤੋਂ 50% ਹੈ। ਹਾਲਾਂਕਿ ਡੇਰੇ ਨੇ ਕਦੇ ਕਿਸੇ ਵੀ ਪਾਰਟੀ ਦਾ ਖੁੱਲ੍ਹ ਕੇ ਸਮਰਥਨ ਨਹੀਂ ਕੀਤਾ, ਪਰ ਡੇਰਾ ਸਮਰਥਕਾਂ ਦੀਆਂ ਵੋਟਾਂ ਕਾਂਗਰਸ ਅਤੇ ਬਹੁਜਨ ਸਮਾਜ ਪਾਰਟੀ ਵਿੱਚ ਵੰਡੀਆਂ ਰਹੀਆਂ, ਜਿਸ ਦਾ ਫਾਇਦਾ ਕਈ ਵਾਰ ਅਕਾਲੀ ਭਾਜਪਾ ਨੂੰ ਹੀ ਮਿਲਦਾ ਰਿਹਾ। ਇਸੇ ਸਾਲ ਫਰਵਰੀ ਵਿੱਚ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਤੇ ਫਿਰ ਮਾਰਚ ਵਿੱਚ ਅਰਵਿੰਦ ਕੇਜਰੀਵਾਲ ਜਲੰਧਰ ਨੇੜੇ ਡੇਰਾ ਸੱਚਖੰਡ ਬੱਲਾ ਪਹੁੰਚੇ ਅਤੇ ਸੰਤ ਨਿਰੰਜਨ ਦਾਸ ਨਾਲ ਮੁਲਾਕਾਤ ਕੀਤੀ ਸੀ। 2012 ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਦੁਆਬਾ ਵਿੱਚ ਹੀ ਬੁਰੀ ਤਰ੍ਹਾਂ ਹਾਰ ਚੱਲਣੀ ਪਈ ਸੀ, ਜਿਸ ਕਾਰਨ ਸੂਬੇ ਵਿੱਚ ਕਾਂਗਰਸ ਸਰਕਾਰ ਨਹੀਂ ਬਣ ਸਕੀ। ਅਟਕਲਾਂ ਸਨ ਕਿ ਦਲਿਤ ਵੋਟਰਾਂ ਨੇ ਪਿਛਲੀਆਂ ਚੋਣਾਂ ਵਿੱਚ ਹੀ ਕਾਂਗਰਸ ਦੀ ਬਜਾਏ ਬਸਪਾ ਨੂੰ ਵੋਟਾਂ ਦਿੱਤੀਆਂ। ਇਸ ਨੂੰ ਵੇਖਦੇ ਹੋਏ ਹੀ ਕੈਪਟਨ ਅਮਰਿੰਦਰ ਸਿੰਘ ਨੇ ਡੇਰਾ ਮੁਖੀ ਸੰਤ ਨਿਰੰਜਨ ਦਾਸ ਨਾਲ ਹਾਲ ਹੀ 'ਚ 2 ਵਾਰ ਮੁਲਾਕਾਤ ਕੀਤੀ ਅਤੇ ਇਸ ਮੁਲਾਕਾਤ ਦਾ ਜ਼ਰੀਆ ਬਣੇ ਸਨ ਕਬੀਰ ਦਾਸ। ਹੁਣ ਕਬੀਰ ਦਾਸ ਨੂੰ ਅਕਾਲੀ ਦਲ ਵਿੱਚ ਸ਼ਾਮਿਲ ਕਰ ਸੁਖਬੀਰ ਬਾਦਲ ਨੇ ਦੁਆਬੇ ਵਿੱਚ ਆਪਣਾ ਆਧਾਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਮਾਲਵਾ ਤੋਂ ਬਾਅਦ ਆਪਣੇ ਆਪ ਨੂੰ ਦੁਆਬੇ ਵਿੱਚ ਮਜ਼ਬੂਤ ਕਰਨਾ ਚਾਹੁੰਦੀ ਹੈ ਅਤੇ ਇਸ ਡੇਰੇ ਦਾ ਦੁਆਬਾ ਵਿੱਚ ਖਾਸ ਤੌਰ ਉੱਤੇ ਦਲਿਤ ਭਾਈਚਾਰੇ ਵਿੱਚ ਵੱਡਾ ਆਧਾਰ ਹੈ। ਇਸੇ ਕਰਕੇ ਕਾਸ਼ੀ ਰਾਮ ਦੇ ਜਯੰਤੀ ਮਨਾਉਣ ਦੇ ਬਹਾਨੇ ਕੇਜਰੀਵਾਲ ਬੁੰਗਾ ਸਾਹਿਬ ਵਿੱਚ ਰੈਲੀ ਤੋਂ ਬਾਅਦ ਪਿੰਡ ਬੱਲਾਂ 'ਚ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਨੂੰ ਮਿਲਣ ਗਏ। ਪੰਜਾਬ ਵਿੱਚ ਦਲਿਤਾਂ ਦੀ ਆਬਾਦੀ 'ਚੋਂ ਵੱਡੀ ਗਿਣਤੀ ਰਵਿਦਾਸ ਭਾਈਚਾਰੇ ਦੇ ਲੋਕਾਂ ਦੀ ਹੈ ਅਤੇ ਰਵਿਦਾਸੀਆਂ ਤੇ ਹੋਰ ਦਲਿਤ ਭਾਈਚਾਰਿਆਂ ਦੀ ਬਹੁਤੀ ਆਬਾਦੀ ਦੁਆਬਾ ਖੇਤਰ ਵਿੱਚ ਹੀ ਵਸਦੀ ਹੈ। ਮਰਹੂਮ BSP ਆਗੂ ਕਾਸ਼ੀ ਰਾਮ ਦੀ ਵੀ ਇਸ ਡੇਰੇ ਨਾਲ ਕਾਫੀ ਨਜ਼ਦੀਕੀ ਰਹੀ ਸੀ, ਪਰ ਬਾਅਦ ਵਿੱਚ ਡੇਰੇ ਵੱਲੋਂ ਕਾਂਗਰਸ ਨੂੰ ਸਮਰਥਨ ਮਿਲਦਾ ਰਿਹਾ। ਕਾਂਗਰਸ ਦੇ ਮਰਹੂਮ ਲੀਡਰ ਚੌਧਰੀ ਜਗਜੀਤ ਸਿੰਘ ਦੇ ਡੇਰੇ ਦੇ ਵੱਡੇ ਲੀਡਰਾਂ ਨਾਲ ਕਾਫੀ ਨਜ਼ਦੀਕੀ ਰਹੀ। ਉਹਨਾਂ ਦੇ ਪਿਤਾ ਸਾਬਕਾ ਮੰਤਰੀ ਗੁਰਬੰਤਾ ਸਿੰਘ ਦੀ ਬੱਲਾਂ ਵਿੱਚ ਡੇਰਾ ਸਥਾਪਿਤ ਕਰਨ ਵਿੱਚ ਅਹਿਮ ਭੂਮਿਕਾ ਸੀ। ਸਾਲ 2009 ਵਿੱਚ ਵਿਯੇਨਾ ਵਿੱਚ ਡੇਰਾ ਉਪ ਮੁਖੀ ਸੰਤ ਰਾਮਾਨੰਦ ਦੀ ਹੱਤਿਆ ਤੋਂ ਬਾਅਦ ਪੰਜਾਬ ਵਿੱਚ ਸਿੱਖ ਗੁੱਟਾਂ ਨਾਲ ਡੇਰੇ ਵਾਲਿਆਂ ਦੀ ਹੋਈ ਝੜਪ ਦੇ ਦੌਰਾਨ BSP ਲੀਡਰਾਂ ਨੇ ਦਲਿਤ ਭਾਈਚਾਰੇ ਦੀ ਨੁਮਾਇੰਦਗੀ ਕੀਤੀ। ਪਰ ਇਸ ਤੋਂ ਪਹਿਲਾਂ ਸਾਲ 2002 ਵਿੱਚ ਜਦ ਕਾਂਗਰਸ ਨੂੰ ਦੁਆਬੇ ਤੋਂ ਵੱਡੀ ਜਿੱਤ ਮਿਲੀ ਸੀ ਤਾਂ ਕਿਹਾ ਜਾ ਰਿਹਾ ਸੀ ਕਿ ਇਸ ਜਿੱਤ ਵਿੱਚ ਡੇਰਾ ਬੱਲਾਂ ਦੇ ਸਮਰਥਕਾਂ ਦਾ ਵੀ ਯੋਗਦਾਨ ਸੀ। 2012 ਦੀ ਹਾਰ ਤੋਂ ਸਬਕ ਲੈਂਦਿਆਂ ਕਾਂਗਰਸ ਕਿਸੇ ਕਿਸਮ ਦਾ ਰਿਸਕ ਨਹੀਂ ਲੈਣਾ ਚਾਹੁੰਦੀ। ਦੂਜੇ ਪਾਸੇ ਅਰਵਿੰਦ ਕੇਜਰੀਵਾਲ, ਜਿਹੜੇ ਅੰਨਾ ਹਜ਼ਾਰੇ ਅੰਦੋਲਨ ਦੌਰਾਨ ਕਹਿੰਦੇ ਫਿਰਦੇ ਸੀ ਕਿ ਉਹ ਜਾਤ ਪਾਤ ਦੀ ਸਿਆਸਤ ਤੇ ਯਕੀਨ ਨਹੀਂ ਰੱਖਦੇ, ਉਹ ਵੀ ਹੁਣ ਡੇਰਿਆਂ ਦੀ ਸ਼ਰਨ ਵਿੱਚ ਹਨ। ਤੀਜੇ ਪਾਸੇ ਡੇਰੇ ਦੇ ਖਾਸ ਬੰਦੇ ਨੂੰ ਸਾਥੀਆਂ ਸਣੇ ਆਪਣੇ ਨਾਲ ਰਲਾ ਕੇ ਅਕਾਲੀ ਦਲ ਵੀ ਡੇਰੇ ਦੇ ਰਵਾਇਤੀ ਵੋਟ ਬੈਂਕ ਤੇ ਸੇਂਧਮਾਰੀ ਕਰਨ ਲੱਗਾ ਹੋਇਆ ਹੈ। ਵੇਖਣਾ ਹੋਵੇਗਾ ਕਿ ਕਾਂਗਰਸ ਦੀ ਗੁੱਡੀ ਵਿੱਚ ਆਪ ਤਾਂ ਗਾਟੀ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਅਕਾਲੀ ਦਲ ਦੇ ਇਸ ਪੇਚ ਦਾ ਕੀ ਅਸਰ ਹੁੰਦਾ ਹੈ ਅਤੇ ਡੇਰਾ ਸੱਚਖੰਡ ਬੱਲਾਂ ਦਾ ਆਸ਼ੀਰਵਾਦ ਇਸ ਵਾਰ ਕਿਸ ਪਾਰਟੀ ਨੂੰ ਹਾਸਿਲ ਹੁੰਦਾ ਹੈ। ਬਿਊਰੋ ਰਿਪੋਰਟ, ਨਿਊਜ਼ ਡੇਟਲਾਈਨ।